ਹੁਸ਼ਿਆਰਪੁਰ ਵਿਖੇ ਦੁਸਹਿਰੇ ਦਾ ਪਵਿੱਤਰ ਤਿਉਹਾਰ ਮਨਾਉਣ ਲਈ ਵੱਖ-ਵੱਖ ਜਥੇਬੰਦੀਆਂ ਨੇ ਅੱਜ ਹੁਸ਼ਿਆਰਪੁਰ ਵਿਖੇ ਮੀਟਿੰਗ ਕੀਤੀ। ਦੇਖੋ ਹੁਸ਼ਿਆਰਪੁਰ ਤੋਂ ਦਲਜੀਤ ਸਿੰਘ ਅਜ਼ਨੋਹਾ ਦੀ ਰਿਪੋਰਟ। ਰਾਮਲੀਲਾ ਕਮੇਟੀ ਹੁਸ਼ਿਆਰਪੁਰ ਦੀ ਤਰਫ ਤੋਂ ਮੀਟਿੰਗ ਕਰਨ ਜਾ ਰਹੇ ਹਾਂ ਤੇ ਦੁਸਹਿਰਾ ਮੌਸਮ 17 ਤਰੀਕ ਤੋਂ ਸ਼ੁਰੂ ਹੋ ਰਿਹਾ ਹੈ ਔਰ 25 ਤਰੀਕ ਨੂੰ ਦੁਸਹਿਰਾ ਰਾਵਣ ਵੱਧ ਹੈ। ਹਾਲੇ ਤੱਕ ਡੀਸੀ ਸਾਹਿਬ ਹੁਸ਼ਿਆਰਪੁਰ ਨੇ ਜਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਵੀ ਗਾਈਡਲਾਈਨ ਜਾਰੀ ਨਹੀਂ ਕੀਤੀ ਕਿ ਕਿਸ ਵਿਵਸਥਾ ਦੇ ਵਿੱਚ ਔਰ ਕਿੱਦਾਂ ਦੁਸਹਿਰਾ ਮੌਸਮ ਮਨਾਇਆ ਜਾਵੇ। ਆਪਾਂ ਬੇਨਤੀ ਕਰਦੇ ਹਾਂ ਕੈਪਟਨ ਅੱਗੇ ਵੀ ਔਰ ਡੀਸੀ ਸਾਹਿਬ ਅੱਗੇ ਵੀ ਇਹਦੀ ਗਾਈਡਲਾਈਨ ਜਲਦੀ ਤੋਂ ਜਲਦੀ ਦਿੱਤੀ ਜਾਵੇ। ਇਹ ਸਾਡਾ ਜਿਹੜਾ ਹੈਗਾ ਪੂਰਾ ਸਨਾਤਨ ਦਾ ਤਿਉਹਾਰ ਹੈ, ਦੇਸ਼ ਭਰ ਦੇ ਵਿੱਚ ਦੁਸਹਿਰਾ ਮਨਾਇਆ ਜਾਂਦਾ ਹੈ। ਇੱਕ ਪਾਸੇ ਸਾਡੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਰੈਲੀਆਂ ਹੋ ਰਹੀਆਂ ਹਨ, ਉੱਥੇ 10-10, 20-20 ਹਜ਼ਾਰ ਬੰਦਾ ਇਕੱਠਾ ਹੋ ਰਿਹਾ ਹੈ। ਉੱਥੇ ਕੋਈ ਵੀ ਪਤਕੀ ਪਰਮਿਸ਼ਨ ਵੀ ਹੈ ਨਹੀਂ ਤੇ ਜਿਹੜੇ ਹਿੰਦੂਆਂ ਦਾ ਤਿਉਹਾਰ ਹੈ ਉੱਥੇ ਦੁਸਹਿਰੇ ਦੇ ਉੱਤੇ ਪ੍ਰਸ਼ਾਸਨ ਰੋਕ ਲਗਾਈ ਜਾਂਦਾ ਹੈ ਔਰ ਨਾ ਹੀ ਕੋਈ ਪਰਮਿਸ਼ਨ ਦਿੰਦਾ ਹੈ। ਔਰ ਆਪਣੀ ਬੇਨਤੀ ਇਹੀ ਆ ਕਿ ਦੁਸਹਿਰਾ ਜਿਹੜਾ ਮੌਸਮ 17 ਤਰੀਕ ਤੋਂ ਹੈ ਅਸੀਂ ਹੁਸ਼ਿਆਰਪੁਰ ਦੇ ਵਿੱਚ ਮਨਾਵਾਂਗੇ, ਚਾਹੇ ਸੂਖਮ ਰੂਪ ਦੇ ਵਿੱਚ ਮਨਾਈਏ, ਇਹ 10 ਦਿਨ ਜਿਹੜਾ ਕਾਰਜਕ੍ਰਮ ਹੈਗਾ ਜ਼ਰੂਰ ਮਨਾਇਆ ਜਾਊਗਾ। ਜੈ ਸ਼੍ਰੀ ਅਕਾਲ ਸਰ। ਤੁਸੀਂ ਇਸ ਦੁਸਹਿਰੇ ਦੇ ਕਾਰਜਕ੍ਰਮ ਨੂੰ ਲੈ ਕੇ ਤੁਹਾਡਾ ਕੋਈ ਪ੍ਰਤੀਨਿਧ ਮੰਡਲ ਡੀਐਮ ਨੂੰ ਮਿਲਿਆ ਕਿ ਕੀ ਗਾਈਡਲਾਈਨਸ ਹੋ ਸਕਦੀਆਂ ਜਾਂ ਮਿਲ ਸਕਦੀਆਂ ਜਾਂ ਕਿੰਨੇ ਟਾਈਮ 'ਚ ਮਿਲ ਸਕਦੀਆਂ? ਰਾਮਲੀਲਾ ਕਮੇਟੀ ਦੇ ਪ੍ਰਧਾਨ ਸ਼ਿਵਸੂਤ ਜੀ ਦੀ ਅਧਿਕਸ਼ਤਾ ਦੇ ਵਿੱਚ ਅੱਜ ਤੋਂ 10 ਦਿਨ ਪਹਿਲਾਂ ਆਪਾਂ ਡੀਸੀ ਸਾਹਿਬ ਹੁਸ਼ਿਆਰਪੁਰ ਨੂੰ ਮਿਲੇ ਸੀ। ਉਹਨਾਂ ਨੇ ਇਹੀ ਭਰੋਸਾ ਦਵਾਇਆ ਸੀ ਕਿ 2-4 ਦਿਨ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜੋ ਵੀ ਗਾਈਡਲਾਈਨ ਆਊਗੀ ਉਹ ਤੁਹਾਨੂੰ ਆਪਾਂ ਦੱਸ ਦਿਆਂਗੇ, ਉਸ ਦੇ ਹਿਸਾਬ ਦੇ ਨਾਲ ਹੀ ਇਹ ਕਾਰਜਕ੍ਰਮ ਜਿਹੜਾ ਕੀਤਾ ਜਾਊਗਾ। ਸਰ, ਤੁਸੀਂ ਹੁਣ ਉਹਨੇ ਕਿਹਾ ਵੀ ਜਿਹੜਾ ਹੈ ਸ਼ੁਭ ਰੂਪ ਦੇ ਵਿੱਚ ਵੀ ਤੁਸੀਂ ਦੁਸਹਿਰਾ ਮਨਾਓਗੇ, ਉਹਦੇ ਵਿੱਚ ਜਿਹੜੀ ਵਿਵਸਥਾ ਹੈ, ਕਾਨੂੰਨ ਵਿਵਸਥਾ ਜਾਂ ਹੋਰ ਕਿਸੇ ਤਰ੍ਹਾਂ ਦੀ ਵਿਵਸਥਾ ਉਹ ਤੁਸੀਂ ਆਪ ਤੁਹਾਡੀ ਕਮੇਟੀ ਕਰੂਗੀ ਜਾਂ ਕਿਸ ਤਰ੍ਹਾਂ? ਉਹ ਸ਼੍ਰੀ ਰਾਮਲੀਲਾ ਕਮੇਟੀ ਉਹਦੀ ਵਿਵਸਥਾ ਕਰੂਗੀ। ਇਹੀ ਮੇਰੀ ਮਤਲਬ ਕਿ ਪੂਰੀ ਸਾਡੀ ਕਮੇਟੀ ਦੀ ਇੱਕ ਸੋਚ ਰੱਖੀ ਆ ਕਿ ਜਿਹੜਾ ਦੁਸਹਿਰਾ ਜਿਹੜਾ ਮਹੋਤਸਵ ਹੈਗਾ ਇਹ ਉਸ ਭਗਵਾਨ ਸ਼੍ਰੀ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਚੰਦਰ ਜੀ ਦਾ ਜਿਹੜਾ ਕਾਰਜਕ੍ਰਮ ਹੈਗਾ ਇਹ ਬੜੇ ਉਤਸ਼ਾਹ ਤੇ ਹਰਸ਼ੋਲਾਸ ਦੇ ਨਾਲ ਜਿਹੜਾ ਮਨਾਇਆ ਜਾਵੇ। ਸਰ, ਕੋਵਿਡ-19 ਦੇ ਚੱਲਦੇ ਅੱਜ ਜਿਵੇਂ ਪੂਰੇ ਦੇਸ਼ ਦੇ ਵਿੱਚ ਬੜੀ ਤ੍ਰਾਸਦੀ ਆ ਤੇ ਜੇ ਆਪ ਜੀ ਨੂੰ ਇਸ ਦੀ ਪਰਮਿਸ਼ਨ ਨਹੀਂ ਮਿਲਦੀ ਕਿਉਂਕਿ ਸਾਰੇ ਰਿਲੀਜੀਅਸ ਜਿਹੜੇ ਪ੍ਰੋਗਰਾਮ ਉਹ ਸਥਗਿਤ ਕੀਤੇ ਗਏ ਆ ਤੇ ਫਿਰ ਤੁਸੀਂ ਆਪਣੇ ਤੌਰ ਤੇ ਮਨਾਓਗੇ? ਕੋਸ਼ਿਸ਼ ਤਾਂ ਪੂਰੀ ਹੈ ਜੀ, ਬਾਕੀ ਅੱਜ ਸ਼ਾਮ ਨੂੰ ਇੱਕ ਬੈਠਕ ਰੱਖੀ ਆ, ਉਸ ਦੇ ਵਿੱਚ ਜੋ ਵੀ ਸਾਡੀ ਰਾਮਲੀਲਾ ਕਮੇਟੀ ਨਿਰਣੇ ਕਰੂਗੀ ਆਪਾਂ ਉਹਨੂੰ ਵੀ ਪ੍ਰਵਾਨ ਕਰਾਂਗੇ। ਜੈ ਸ਼੍ਰੀ ਰਾਮ। ਅੱਜ ਦੀ ਜੋ ਸਾਡੀ ਚਰਚਾ ਹੋ ਰਹੀ ਸੀ, ਇੱਥੇ ਬੈਠਕ ਹੋਈ ਹੈ, ਆਪਾਂ ਸਾਰੇ ਜਾਣਦੇ ਹਾਂ ਕਿ ਭਗਵਾਨ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਜੀ ਦਾ ਜੋ ਤਿਉਹਾਰ ਹੈ ਦੁਸਹਿਰਾ ਪਰਵ, ਉਹ 25 ਤਰੀਕ ਨੂੰ ਆ ਰਿਹਾ, ਜਿਸ ਦੇ ਵਿੱਚ ਅੱਜ ਲੈ ਦੇ ਕੇ ਮੇਰੇ ਖਿਆਲ 4-5 ਦਿਨ ਕਾਰਜਕ੍ਰਮ ਸ਼ੁਰੂ ਹੋਣ ਨੂੰ ਰਹਿ ਗਏ ਆ ਕਿਉਂਕਿ 17 ਤਰੀਕ ਤੋਂ ਨਵਰਾਤਰੇ ਸ਼ੁਰੂ ਹੋ ਰਹੇ ਨੇ। ਲੇਕਿਨ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਹਾਲੇ ਤੱਕ ਨਾ ਤਾਂ ਦੁਸਹਿਰਾ ਮਨਾਉਣ ਲਈ ਕੋਈ ਗਾਈਡਲਾਈਨ ਦਿੱਤੀ ਹੈ, ਉਹ ਨਾ ਹੀ ਡੀਸੀ ਸਾਹਿਬ ਵੱਲੋਂ ਦੁਸਹਿਰਾ ਕਮੇਟੀਆਂ ਨੂੰ ਕੋਈ ਪਰਮਿਸ਼ਨ ਦਿੱਤੀ ਜਾ ਰਹੀ ਹੈ। ਲੇਕਿਨ ਹੁਣੇ ਹੁਣੇ ਇੱਕ ਅਖਬਾਰਾਂ ਦੇ ਮਾਧਿਅਮ ਨਾਲ ਪਤਾ ਚੱਲਿਆ ਸੀ ਕਿ ਜਲੰਧਰ ਸ਼ਹਿਰ ਦੇ ਵਿੱਚ ਸ਼ਾਇਦ ਡੀਸੀ ਸਾਹਿਬ ਨੇ ਕੋਈ ਵਿਵਸਥਾ ਕੀਤੀ ਹੈ ਦੁਸਹਿਰਾ ਕਮੇਟੀਆਂ ਨੂੰ ਦੁਸਹਿਰਾ ਮਨਾਉਣ ਲਈ ਕੋਈ ਗਾਈਡਲਾਈਨ ਦਿੱਤੀ ਹੈ। ਲੇਕਿਨ ਹੁਸ਼ਿਆਰਪੁਰ ਦੇ ਵਿੱਚ ਹਜੇ ਤੱਕ ਨਾ ਤਾਂ ਪਰਮਿਸ਼ਨ ਦਿੱਤੀ ਹੈ ਨਾ ਹੀ ਕੋਈ ਗਾਈਡਲਾਈਨ ਜਾਰੀ ਕੀਤੀ ਗਈ ਹੈ। ਸਾਡੀ ਇਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅੱਗੇ ਔਰ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਜਲਦ ਤੋਂ ਜਲਦ ਦੁਸਹਿਰਾ ਮਨਾਉਣ ਦੀ ਆਗਿਆ ਦਿੱਤੀ ਜਾਵੇ ਤਾਂ ਜੋ ਇਸ ਦੁਸਹਿਰਾ ਕਮੇਟੀ ਨੇ ਜੋ ਪ੍ਰਬੰਧ ਕਰਨੇ ਉਹ ਬਹੁਤ ਵੱਡੇ ਸਤਰ ਤੇ ਪ੍ਰਬੰਧ ਹੁੰਦੇ ਨੇ, ਬਹੁਤ ਵੱਡਾ ਖਰਚਾ ਹੁੰਦਾ ਤੇ ਉਹ ਵਿਵਸਥਾ ਸਮੇਂ ਨਾਲ ਕੀਤੀ ਜਾ ਸਕੇ ਕਿਉਂਕਿ 4 ਦਿਨ ਚ ਵਿਵਸਥਾ ਕਰਨਾ ਬਹੁਤ ਮੁਸ਼ਕਲ ਕੰਮ ਹੈ। ਔਰ ਇਹ ਸਨਾਤਨ ਧਰਮ ਦਾ ਔਰ ਮੈਂ ਕਹਾਂਗਾ ਕਿ ਦੇਸ਼ ਦੇ ਹਰ ਵਿਅਕਤੀ ਦਾ ਇਹ ਪ੍ਰਾਚੀਨ ਤਿਉਹਾਰ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਮਿਸ ਨਹੀਂ ਕੀਤਾ ਜਾ ਸਕਦਾ, ਹਰ ਹਾਲ ਚ ਮਨਾਉਣਾ ਹੈ। ਜੇ ਸਾਨੂੰ ਪ੍ਰਸ਼ਾਸਨ ਆਗਿਆ ਦਿੰਦਾ ਹੈ ਤੇ ਅਸੀਂ ਇਹ ਵੀ ਵਾਅਦਾ ਕਰਦੇ ਹਾਂ ਕਿ ਰਾਮਲੀਲਾ ਕਮੇਟੀ ਪੂਰਾ ਉਹਦੀ ਮਰਿਆਦਾ ਨਾਲ ਪੂਰੇ ਨਿਯਮਾਂ ਨਾਲ ਜੋ ਗਾਈਡਲਾਈਨ ਹੋਗੀ ਉਹਦੀ ਪਾਲਣਾ ਕਰੇਗੀ ਔਰ ਪ੍ਰਸ਼ਾਸਨ ਵੀ ਉਸਦੇ ਵਿੱਚ ਸਾਨੂੰ ਸਹਿਯੋਗ ਕਰੇ ਔਰ ਦੁਸਹਿਰਾ ਮਨਾਉਣ ਲਈ ਸਾਨੂੰ ਸਾਥ ਦੇਵੇ ਤੇ ਪ੍ਰਵਾਨਗੀ ਦੇਵੇ। ਬਹੁਤ ਬਹੁਤ ਧੰਨਵਾਦ। ਜੈ ਸ਼੍ਰੀ